ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਤੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵੱਲੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੇ ਕੀਤਾ ਭਰਵਾਂ ਸਵਾਗਤ। ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਵੱਖ ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ ਹੈ। ਅੱਜ ਦਾ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚੋਂ ਜਿਹੜੀ ਇਹਦੀ ਸ਼ੋਭਾ ਯਾਤਰਾ ਨਿਕਲੂਗੀ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਇਹ। ਅੱਜ ਸ਼ਹਿਰ ਦੇ ਵੱਖ ਵੱਖ ਅਦਾਰਿਆਂ ਦੇ ਵਿੱਚ ਵੱਖ ਵੱਖ ਭਾਈਚਾਰਿਆਂ ਨੇ ਲੰਗਰ ਲਾਇਆ, ਤਾਂ ਜੋ ਕਿ ਸਵੇਰੇ ਹੁਣ 11 ਵਜੇ ਦੀ ਰਵਾਨਗੀ ਹੈ ਇੱਥੋਂ ਹੁੰਦਾ ਹੋਇਆ 90 ਫੁੱਟੀ 'ਤੇ, ਉੱਥੇ ਕਾਰ ਐਸੋਸੀਏਸ਼ਨ ਵੱਲੋਂ ਲੰਗਰ ਹੈ, ਫਿਰ ਡਿਪਟੀ ਸਾਹਿਬ ਦੇ ਦਫ਼ਤਰ, ਫਿਰ ਨਗਰ ਕੌਂਸਲ ਵੱਲੋਂ, MLA ਸਾਹਿਬ ਦੇ ਦਫ਼ਤਰ ਵੱਖ ਵੱਖ ਲਾ ਕੇ ਲਾਸਟ ਟਰੱਕ ਯੂਨੀਅਨ ਵੱਲੋਂ ਲੰਗਰ ਲਾਇਆ ਜਾਂਦਾ। ਹਰ ਤਰ੍ਹਾਂ ਬਹੁਤ ਸ਼ਰਧਾ ਨਾਲ ਹਿੰਦੂ ਸਿੱਖ ਸਾਰੇ ਇਕੱਠੇ ਹੋ ਕੇ ਇਸ ਸਾਲ ਦਾ ਜਿਹੜਾ ਦਿਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ ਨੂੰ ਇਹ ਮੈਸੇਜ ਹੈ ਵੀ ਸਾਰੇ ਤੁਸੀਂ ਨੋਟ ਵੀ ਕਰੋਗੇ, ਨੌਜਵਾਨ ਆਪ ਤੁਸੀਂ ਦੇਖੋਗੇ ਅੱਗੇ ਝਾੜੂ ਦੀ ਸੇਵਾ ਕਰ ਰਹੇ ਨੇ, ਸਿੱਖੀ ਵੱਲ ਜਾ ਰਹੇ ਨੇ। ਇੰਨਾ ਮਹਾਰਾਜ ਦੀ ਕਿਰਪਾ ਕਿ ਗੁਰੂ ਗੋਬਿੰਦ ਸਿੰਘ ਦੇ ਇਸ ਜਨਮ ਦਿਨ ਨੂੰ ਸਮਰਪਿਤ ਹੋ ਕੇ ਸਾਰੇ ਸਾਡੇ ਭਾਈਚਾਰੇ 'ਚ 6 ਮੰਦਿਰ ਵੱਲੋਂ ਦੇਖੋਗੇ ਵੀ ਐਡਾ ਵੱਡਾ ਲੰਗਰ ਲਾਇਆ ਜਾਂਦਾ, ਇੱਥੇ ਜਾਤ ਪਾਤ ਤੋਂ ਉੱਪਰ ਉੱਠ ਕੇ ਇਹ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣੇ ਪਾਤੜਾਂ ਸ਼ਹਿਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ, ਜੋ ਕਿ ਸੰਗਤਾਂ ਦੇ ਬਹੁਤ ਹੀ ਵਧੀਆ ਉਤਸ਼ਾਹ ਨਾਲ ਅਤੇ ਉਪਰਾਲੇ ਨਾਲ ਹਰ ਸਾਲ ਦੀ ਤਰ੍ਹਾਂ ਅੱਜ ਵਿਸ਼ਾਲ ਨਗਰ ਕੀਰਤਨ ਪਾਤੜਾਂ ਸ਼ਹਿਰ ਵਿੱਚ ਦੀ ਹੁੰਦਾ ਹੋਇਆ, ਸਾਰੇ ਸ਼ਹਿਰ ਵਿੱਚ ਦੀ ਹੁੰਦਾ ਹੋਇਆ, ਸ਼ਾਮ ਨੂੰ ਗੁਰਦੁਆਰਾ ਵਾਪਸੀ ਹੋਣੀ ਆ ਉਹਦੀ ਜੀ। ਅਤੇ ਇਹ ਜੋ ਨਗਰ ਕੀਰਤਨ ਹੈ, ਇਹ ਜਨਮ ਦਿਹਾੜੇ ਨੇ, ਇਹ ਉਸ ਮਹਾਨ ਸ਼ਖਸੀਅਤ ਸਰਬੰਸ ਸਦਾਨੀ ਜਿਨ੍ਹਾਂ ਨੇ ਸਾਰਾ ਪਰਿਵਾਰ ਹੀ ਕੌਮ ਦੇ ਲੇਖੇ ਲਾਇਆ, ਉਹਨਾਂ ਦੀਆਂ ਯਾਦਾਂ ਜਨਮ ਦਿਨ ਉਹਨਾਂ ਦੇ ਮਨਾਏ ਜਾਂਦੇ ਨੇ। ਸੋ ਸਾਨੂੰ ਇਸ ਪ੍ਰੋਗਰਾਮ ਤੋਂ ਇਹ ਸਿੱਖਿਆ ਵੀ ਲੈਣੀ ਚਾਹੀਦੀ ਹੈ ਕਿ ਅਸੀਂ ਜਿਸ ਤਰ੍ਹਾਂ ਉਹਨਾਂ ਨੇ ਕੌਮ ਵਾਸਤੇ, ਇੱਕ ਸਿੱਖੀ ਵਾਸਤੇ, ਦੇਸ਼ ਵਾਸਤੇ ਆਪਣਾ ਸਾਰਾ ਪਰਿਵਾਰ ਵਾਰਿਆ, ਸਾਨੂੰ ਵੀ ਉਹਨਾਂ ਦੇ ਪਰ ਜਿਨ੍ਹਾਂ ਦੇ ਚੱਲਦੇ ਹੋਏ ਉਹਨਾਂ ਦੇ ਸੰਦੇਸ਼ਾਂ ਨੂੰ ਮੰਨਣਾ ਚਾਹੀਦਾ, ਅਤੇ ਅਸੀਂ ਵੀ ਬਾਕੀ ਸਾਰੇ ਜਿੰਨੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਰਹਿਤ ਰਹੋ, ਗੁਰੂ ਵਾਲੇ ਬਣੋ, ਅਤੇ ਇਹ ਸ਼ਬਦ ਜਿਹੜੇ ਕੀਰਤਨ ਸਾਰੇ ਹੁੰਦੇ ਹੋਏ ਜਾਣਗੇ ਉਹਨਾਂ ਦਾ ਲਾਹਾ ਲੈਣ। ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬੇ ਕਮਾਲ, ਉਹਨਾਂ ਦਾ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਪੂਰੇ ਸ਼ਹਿਰ ਵਿੱਚ ਵੀ, ਪਿੰਡ ਵਿੱਚ ਵੀ ਨਗਰ ਕੀਰਤਨ ਕੱਢਿਆ ਜਾ ਰਿਹਾ, ਅਤੇ ਲੋਕਾਂ ਦਾ, ਸੰਗਤਾਂ ਦਾ ਉਤਸ਼ਾਹ ਹੈ। ਤੁਹਾਡੇ ਸਾਹਮਣੇ ਹੀ ਆ ਵੀ ਟਰਾਲੀਆਂ ਭਰ ਭਰ ਕੇ ਸੰਗਤ ਪੈਦਲ ਵੀ ਬਹੁਤ ਸ਼ਰਧਾ ਨਾਲ ਜਾ ਰਹੀ ਆ ਅਤੇ ਧੂਮਧਾਮ ਨਾਲ ਮਨਾ ਰਹੇ ਹਾਂ, ਅਤੇ ਲੰਗਰ ਵੀ ਬੜੇ ਲੱਗੇ ਹੋਏ।